ਕੀ ਤੁਸੀਂ ਕਦੇ ਇੱਕ ਸ਼ਾਂਤ ਪੁਲਿਸ ਵਾਲੇ ਨੂੰ ਵੇਖਿਆ ਹੈ? ਇੱਕ ਸੁਪਰ ਕਲਾਤਮਕ ਕੀ ਕੋਈ ਹੋ ਸਕਦਾ ਹੈ? ਓ ਹਾਂ, ਪੁਲਿਸ ਦੀ ਵਰਦੀ ਦੇ ਅੰਦਰ ਇਸ ਕਲਾਕਾਰ ਗੁਰਪ੍ਰਸਾਦ ਅਯੱਪਨ ਨੂੰ ਮਿਲੋ। ਗੁਰਪ੍ਰਸਾਦ ਅਯੱਪਨ ਜਦੋਂ ਵਰਦੀ ਚ ਹੁੰਦਾ ਹੈ ਤਾਂ ਇੱਕ ਮਿਹਨਤੀ ਸੀਨੀਅਰ ਨਾਗਰਿਕ ਪੁਲਿਸ ਅਧਿਕਾਰੀ ਹੁੰਦਾ ਹੈ, ਪਰ ਉਹ ਇੱਕ ਮਸ਼ਹੂਰ ਸ਼ਿਲਪਕਾਰ ਵੀ ਹੈ ਜਿਸ ਨੇ ਆਪਣੀ ਸਿਰਜਣਾਤਮਕਤਾ ਲਈ ਬਹੁਤ ਪ੍ਰਸ਼ੰਸਾ ਹਾਸਲ ਕੀਤੀ ਹੈ ਤੇ ਕੇਰਲ ਦੇ ਬਹੁਤ ਸਾਰੇ ਹਿੱਸਿਆਂ ਚ ਆਪਣੀਆਂ ਮੂਰਤੀਆਂ ਸਥਾਪਿਤ ਕੀਤੀਆਂ ਨੇ। ਹਾਲਾਂਕਿ ਉਹਨਾਂ ਦਾ ਪੇਸ਼ਾ ਅਮਨ ਕਾਨੂੰਨ ਨੂੰ ਬਣਾਈ ਰੱਖਣਾ ਹੈ, ਪਰ ਗੁਰਪ੍ਰਸਾਦ ਹਮੇਸ਼ਾ ਕਲਾ ਤੇ ਸ਼ਿਲਪਕਾਰੀ ਦੇ ਪ੍ਰਤੀ ਬਹੁਤ ਉਤਸ਼ਾਹੀ ਰਿਹਾ। ਉਹਨਾਂ ਪਹਿਲਾਂ ਹੀ ਆਪਣੇ ਕਲਾਕ੍ਰਿਤੀਆਂ ਦੇ ਲਈ 3 ਲਲਿਤਕਾਰ ਅਕਾਦਮੀ ਪੁਰਸਕਾਰ ਜਿੱਤੇ ਨੇ ਤੇ ਸਾਲ 2017 ਚ ਪੁਲਿਸਿੰਗ ਵਿੱਚ ਮਿਸਾਲੀ ਕੰਮ ਕਰਨ ਦੇ ਲਈ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਮੂਰਤੀਕਾਰੀ ਦੇ ਖੇਤਰ ਚ 3 ਦਹਾਕਿਆਂ ਤੋਂ ਵੱਧ ਸਖਤ ਮਿਹਨਤ ਨਾਲ ਗੁਰਪ੍ਰਸਾਦ ਅਯੱਪਨ ਨੇ ਮੂਰਤੀ ਬਣਾਉਣ ਦੀ ਇੱਕ ਸ਼ੈਲੀ ਤੇ ਸ਼ਿਲਪਕਾਰੀ ਤਕਨੀਕ ਵਿਕਸਿਤ ਕੀਤੀ ਹੈ ਜਿਸ ਨੂੰ ਸ਼ਰੂਠਾ ਸ਼ਿਲਪਕਲਾ ਰੀਠੀ ਕਿਹਾ ਜਾਂਦਾ ਹੈ। ਇਸ ਦਾ ਅਨੁਵਾਦ ਮੋਟੇ ਤੌਰ ਤੇ ਸਕੂਰਿਸ ਸਕਲਪਿੰਗ ਤਕਨੀਕ ਵਿੱਚ ਕੀਤਾ ਜਾਂਦਾ ਹੈ। ਕਈ 8-10 ਵਰਸ਼ ਮੁੰਬ ਵਰੇ ਯਥਾਤ ਰੀਤੀਲ ਸ਼ਿਲਪਗਲ਼ਾਇਰੂ ഞാൻ ചെയ്തുകൊണ്ടിരുന്നത് എന്നാൽ കുറച്ച് നാളായി ഒരു 10 വർഷത്തിനുള്ളിൽ ഒരു ഞാൻ ശില്പകലാശൈലി ഒന്ന് മാറ്റിയിട്ടുണ്ട്। കാരണം നമ്മുടെ യഥാർത്ഥത ശൈലിയിൽ നിന്ന് മാറ്റി എൻ്റെതായ ഒരു ശൈലിയിലേക്കുള്ള ഒരു പരിണാമം സ്ക്വയറിസം എന്നാണ് ഞാൻ അതിനെ പേരിട്ടിരിക്കുന്നത്। കേരള ദേ കോലം ജില്ലയിൽ കൊട്ടാർക്കർ വിഖേ ഭഗവാൻ ശിവ ദേ 44 ഫുട് ഉച്ചി മൂർത്തി വിച്ച് ഇസ് കലാ ദേ രൂപ വിച്ച് ഗുരുപ്രസാദ് ദി മഹാരത് സ്പഷ്ട ഹൈ। ਇੱਕ ਸਮਰਪਿਤ ਪੁਲਿਸ ਅਧਿਕਾਰੀ ਤੋਂ ਇੱਕ ਪੇਸ਼ੇਵਰ ਸ਼ਿਲਪਕਾਰ ਤੱਕ ਉਹਨਾਂ ਦੀ ਯਾਤਰਾ ਇਸ ਯਾਦਗਾਰ ਮੂਰਤੀ ਉੱਤੇ ਉਹਨਾਂ ਦੇ ਕੰਮਾਂ ਨੂੰ ਪ੍ਰਤੱਖ ਦਰਸਾਉਂਦੀ ਹੈ। ਗੁਰਪ੍ਰਸਾਦ ਨੇ ਆਪਣੇ ਰੁਝੇਵਿਆਂ ਵਿਚਾਲੇ ਕੋਟਾਰਕਰ ਵਿਖੇ ਕੈਲਾਸ਼ਨਾਥ ਦੀ ਇੱਕ ਵਿਸ਼ਾਲ ਮੂਰਤੀ ਨੂੰ ਪੂਰਾ ਕੀਤਾ ਹੈ। ਇਹ ਗੁਰਪ੍ਰਸਾਦ ਦੇ ਸਮਰਪਣ ਅਤੇ ਉਸ ਦੀ ਮੂਰਤੀ ਬਣਾਉਣ ਦੇ ਜਨੂੰਨ ਪ੍ਰਤੀ ਵਚਨਬੱਧਤਾ ਦੇ ਸਬੂਤ ਵਜੋਂ ਉੱਚਾ ਹੈ। ਗੁਰਪ੍ਰਸਾਦ ਐਮਸੀ ਸ਼ੇਖਰ ਦੇਵੀ ਪ੍ਰਸਾਦ ਰਾਏ ਚੌਧਰੀ ਦੇ ਚੇਲੇ ਇੱਕ ਵਿਸ਼ਵ ਪ੍ਰਸਿੱਧ ਸ਼ਿਲਪਕਾਰ ਤੇ ਆਧੁਨਿਕ ਭਾਰਤੀ ਮੂਰਤੀਕਾਰ ਵਿੱਚੋਂ ਇੱਕ ਨੇ। ക്രിയേറ്റീവ് ആർട്ടിസ്റ്റ് അല്ലെങ്കിൽ ക്രിയേറ്റീവ് ആർട്ട് രംഗത്ത് നിൽക്കുന്ന പലർക്കും വരുമാനം വളരെ ബുദ്ധിമുട്ടാവുന്ന ഒരു അവസ്ഥയിലേക്ക് പോയിക്കൊണ്ടിരിക്കുന്ന സാഹചര്യത്തിലാണ് ഞാൻ ക്രിയേറ്റീവ് ആർട്ടിൻ്റെ ഭാഗമായി നിന്നുകൊണ്ട് തന്നെ പോലീസിലേക്ക് വന്നത്। പോലീസിൽ വന്നിട്ട് ഇപ്പോൾ 22 വർഷമായി। പോലീസ് ശില്പകലയെ പരിപോഷിച്ചിട്ടുള്ള പരസ്പര പൂരകങ്ങളായി പോലീസ് കലയെയും കല പോലീസിനെയും പരിപോഷിച്ചിരിക്കും। ਪੁਲਿਸ ਅਧਿਕਾਰੀ ਵਜੋਂ ਗੁਰਪ੍ਰਸਾਦ ਨੇ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਜੋ ਉੱਚ ਤਜਰਬੇ ਕੀਤੇ ਨੇ ਉਹ ਉਸਦੀ ਮੂਰਤੀ ਸ਼ੈਲੀ ਤੇ ਧਾਰਨਾਵਾਂ ਨੂੰ ਢਾਲਣ ਵਿੱਚ ਉਸਦੀ ਮਦਦ ਕਰਦੇ ਨੇ। ਗੁਰਪ੍ਰਸਾਦ ਦਾ ਮੰਨਣਾ ਹੈ ਕਿ ਉਹ ਇੱਕ ਪੁਲਿਸ ਅਧਿਕਾਰੀ ਦੇ ਰੂਪ ਚ ਵੀ ਉੱਤਮ ਪ੍ਰਦਰਸ਼ਨ ਕਰ ਸਕਦਾ ਹੈ ਕਿਉਂਕਿ ਉਹ ਦਿਲ ਤੋਂ ਇੱਕ ਕਲਾਕਾਰ ਹੈ। ਪੁਲਿਸ ਮੁਲਾਜ਼ਮ ਬਣਨ ਤੋਂ ਬਾਅਦ ਵੀ ਬਿਨਾਂ ਅਸਫਲ ਹੋਏ ਗੁਰਪ੍ਰਸਾਦ ਹਰ ਸਾਲ ਇੱਕ ਮੂਰਤੀ ਕਲਾ ਪ੍ਰਦਰਸ਼ਨੀ ਦਾ ਆਯੋਜਨ ਕਰਦੇ ਨੇ। ਉਹਨਾਂ ਦਾ ਪਰਿਵਾਰ, ਪਤਨੀ ਪ੍ਰੀਤੀ ਅਤੇ ਬੱਚੇ ਵਿਧੂ ਪ੍ਰਸਾਦ ਤੇ ਆਦਿਤਯ ਪ੍ਰਸਾਦ ਉਹਨਾਂ ਨੂੰ ਆਪਣੀ ਦੁਰਲਭ ਯਾਤਰਾ ਵਿੱਚ ਕਲਾਤਮਕਤਾ ਤੇ ਪੋਲਿਸ਼ਿੰਗ ਦੋਵਾਂ ਰਾਹੀਂ ਪੂਰੀ ਮਦਦ ਕਰਦੇ ਨੇ। ਪੁਲਿਸਿੰਗ ਰਾਸ਼ਟਰ ਲਈ ਇੱਕ ਸੇਵਾ ਹੈ, ਜਦਕਿ ਦਇਆ ਤੇ ਪਿਆਰ ਨਾਲ ਕਲਾ ਲੋਕਾਂ ਵਿੱਚ ਚੰਗਿਆਈ ਦਾ ਪੱਧਰ ਉੱਚਾ ਕਰ ਸਕਦੀ ਹੈ। ਅਜਿਹਾ ਗੁਰੂ ਪ੍ਰਸਾਦ ਨੂੰ ਵਿਸ਼ਵਾਸ ਹੈ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.